ਹਾਂ ਜੀ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਹੁਣੇ-ਹੁਣੇ ਵਾਹਨ ਚਲਾਉਣ ਵਾਲਿਆਂ ਲਈ ਖੁਸ਼ਖਬਰੀ ਸਰਕਾਰ ਨੇ ਕਰਤਾ ਹੈ ਵੱਡਾ ਕੰਮ ਆਇਤਾ ਜਬੜੀ ਕਬਰ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਵੱਤੋ ਲਾਈਕ ਐਂਡ ਸ਼ੇਅਰ ਵੀ ਕਰ ਦੇਣਾ ਤੇ ਜਿਨ੍ਹਾਂ ਨੇ ਆਨਲਾਈਨ ਸ਼ਾਪਿੰਗ ਕਰਨੀ ਹੈ ਲਿੰਕ ਡਿਸਕ੍ਰਿਪਸ਼ਨ ਚ ਦਿੱਤਾ ਹੈ ਤੁਸੀਂ ਆਨਲਾਈਨ ਸ਼ਾਪਿੰਗ ਕਰ ਸਕਦੇ ਹਾਂ ਦਿੱਲੀ ਵਿੱਚ ਕੇਜਰੀ ਗੌਰ ਸਰਕਾਰ ਪੁਰਾਣੇ ਵਾਹਨ ਦੇ ਸਬੰਧ ਵਿੱਚ ਤਬਦੀਲੀ ਕਰਨ ਲਈ ਤਿਆਰ ਹੈ ਜਿੱਥੇ ਪਹਿਲਾਂ ਉਮਰ ਦੇ ਆਧਾਰ ਤੇ ਪੁਰਾਣੇ ਵਾਹ ਉਹਦੇ ਉਨ ਸਰਕਾਰ ਨੂੰ ਉਹਨਾਂ ਨੂੰ ਫਿਟਨੈਸ ਦੇ ਆਧਾਰ ਤੇ ਚਲਾਉਂਦੇ ਤਿਆਰੀ ਕਰ ਰਹੀ ਹੈ ਦਿੱਲੀ ਵਿੱਚ ਹੁੰਦਾ 10 ਸਾਲ ਪੁਰਾਣੇ ਡੀਜ਼ਲ ਵਾਹਨ ਦੇ 15 ਸਾਲ ਪਰ ਪ੍ਰੋਟੋਕੋਲ ਕਾਰਨ ਨੂੰ ਗ੍ਰੀਨ ਟੈਕਸ ਦਾ ਭੁਗਤਾਨ ਕਰਨਾ ਪੈ ਸਕਦਾ ਹੈ ਦਿੱਲੀ ਸਰਕਾਰ ਜਾ ਸਕਦੀ ਸੁਪਰੀਮ ਕੋਰਟ ਦਰਾਸਾਲੇ ਕੇਂਦਰੀ ਡਾਂਸ ਵੇਪਾ ਅਨੁਸਾਰ ਜੇ ਕੋਈ ਵਾਹਨ 10 ਸਾਲ ਦਾ ਹੋ ਗਿਆ ਹੈ ਤਾਂ ਇਸ ਦੀ ਫਿਟਨੈਸ ਟੈਸਟ ਕਰਵਾਉਣਾ ਪਵੇਗਾ ਜੇਤੂ ਸੇ ਪ੍ਰਕਿਰਿਆ पास ਕਰਦੇ ਹੋ ਤਾਂ ਤੁਹਾਨੂੰ ਰੈジਡੈਂਸੀ ਫੀਸ ਦੀ ਥਾਂ ਗ੍ਰੀਨ ਟੈਕਸ ਦੇਣਾ ਪਵੇਗਾ ਇਸ ਤੋਂ ਬਾਅਦ ਮਾਲਕ 15 ਸਾਲ ਲਈ ਵਾਹਨ ਚਲਾ ਸਕੇ ਕੇਂਦਰੀ ਟ੍ਰਾਂਸਪੋਰਟ ਵਿਭਾਗ ਨੇ ਹੀ ਨਿਯਮ ਦਿੱਲੀ ਵਿੱਚ ਲਾਗੂ ਨਹੀਂ ਹੁੰਦੇ ਕਿਉਂਕਿ ਦਿੱਲੀ ਵਿੱਚ ਵਾਦਰੇ ਪ੍ਰਦੂਸ਼ਣ ਦੇ ਮੱਦੇਨਜ਼ਰ ਪ੍ਰਬੰਧ ਨੇ ਵਾਹਨ ਦੇ ਇੱਦਨ ਯੁੱਗ ਦੇ ਆਧਾਰ ਤੇ ਪਾਬੰਦੀਆਂ ਨੂੰ ਦੇ ਨਿਰਦੇਸ਼ ਦਿੱਤੇ ਹਨ ਜੇ ਇਸ ਸਥਿਤੀ ਵਿੱਚ ਹੁਣ ਦਿੱਲੀ ਸਰਕਾਰ ਇਸ ਸੰਬੰਧੀ ਸੁਪਰੀਮ ਕੋਰਟ ਤੇ ਨੈਸ਼ਨਲ ਗ੍ਰੀਨ ਕਯੂਬਲਿਕਨ ਕੋਲ ਪਹੁੰਚ ਸਕਦੀ ਹੈ ਤਾਂ ਜੋ ਇਹ ਵੀ ਵਾਹਨਾਂ ਨੂੰ ਫਿਟਨੈਸ ਦੇ ਆਧਾਰ ਤੇ ਚਲਾਇਆ ਜਾ ਸਕੇ ਨਾ ਕਿ ਉਮਰ ਦੇ ਆਧਾਰ ਤੇ ਤੇਨਾਂ ਹਜ਼ਾਰ ਵਾਹਨ ਹੋਏ ਸਕ੍ਰੈਪ ਰਾਤਾਂ ਨੇ ਦਿੱਲੀ ਵਿੱਚ 10 ਸਾਲਾਂ ਦੇ 15 ਸਾਲ ਪੁਰਾਣੇ ਵਾਹਨ ਵਿੱਚ ਸਿਰਫ 3000 ਵਾਹਨ ਸਕ੍ਰੈਪ ਹੋ ਗਏ ਨੇ ਚਾਰ ਏਜੰਸੀਆਂ ਨੂੰ ਵਾਹਨ ਨੂੰ ਸਕ੍ਰੈਪ ਕਰਨ ਦਾ ਅਧਿਕਾਰ ਦਿੱਤਾ ਹੈ 31 ਮਹੀਨਿਆਂ ਦਿੱਲੀ ਵਿੱਚ 2879 ਤੋਂ ਜ਼ਿਆਦਾ ਵਾਹਨ ਸਕ੍ਰੈਪ ਹੋ ਗਏ ਨੇ ਖਬਰ ਉਲਾਸ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨ